ਸਲਾਮ ਜੀ ਸਾਰੇ ਮਸੀਹ ਭੈਣ ਭਾਈਆਂ ਨੂੰ, ਜਿੰਨੇ ਵੀ ਆਪਣੇ ਮਸੀਹ ਭੈਣ ਭਾਈ ਇਸ ਗਰੁੱਪ ਦੇ ਵਿੱਚ ਆ, ਸਾਡੀ ਸਾਰਿਆਂ ਵਕਤ ਰਿਕੁਐਸਟ ਹੈ ਕਿ ਸਾਡੀ ਵੀਡੀਓ ਨੂੰ ਜਿੰਨਾ ਜ਼ਿਆਦਾ ਹੋ ਸਕੇ ਸ਼ੇਅਰ ਕਰੋ। ਅਸੀਂ ਚੀਚਾਵਤਨੀ ਤਹਿਸੀਲ ਚੀਚਾਵਤਨੀ ਜ਼ਿਲ੍ਹਾ ਸਾਹੀਵਾਲ 13/11, ਅਸੀਂ ਮਸੀਹ ਬਰਾਦਰੀਆਂ ਸਾਰੇ, ਅਤੇ ਸਾਡਾ ਲਹਾਜ਼ਾ ਇੱਥੇ ਕਬਰਸਤਾਨ ਦੀ ਜਗ੍ਹਾ ਸੀ ਪਹਿਲੀ 4 ਕਨਾਲ, ਉਹ ਜਗ੍ਹਾ ਹੋ ਗਈ ਮੁਕੰਮਲ ਸਾਰੀ। ਹੁਣ ਅਸੀਂ ਲਹਾਜ਼ਾ ਆਪਣੀਆਂ ਕਬਰਾਂ ਬਣਾਉਣੀਆਂ ਐਸ ਕਿਲੇ ਸ਼ੁਰੂ ਕੀਤੀਆਂ, ਇਹ ਸਰਕਾਰੀ ਰਕਬਾ ਵਾ 32 ਮਰੱਬੇ ਰਕਬਾ, ਇੱਥੇ 13 ਗੈਰਾਂ ਦੇ ਵਿੱਚ ਇੱਕ ਕਿੱਲਾ, ਅਸੀਂ ਇੱਥੇ ਕਬਰਾਂ ਬਣਾਉਣ ਵਾਸਤੇ ਜਗ੍ਹਾ ਸ਼ੁਰੂ ਕੀਤੀ। ਅਸੀਂ ਆਹ 13 ਤੋਂ 14 ਕਬਰਾਂ ਇਸ ਕਿਲੇ ਦੇ ਵਿੱਚ ਬਣਾ ਚੁੱਕੇ ਹਾਂ, ਲੇਕਿਨ ਆਹ 32 ਮਰੱਬੇ ਰਕਬਾ ਹਕੂਮਤ ਨੇ ਕਿਸੇ ਆਰਮੀ ਨੂੰ ਅਲਾਟ ਕੀਤਾ, ਕਿਸੇ ਕਰਨਲ ਹਸਨ ਸਾਹਿਬ ਨੂੰ। ਉਹਨਾਂ ਨੇ ਆ ਕੇ ਇਸ ਕਿਲੇ ਦੇ ਵਿੱਚ ਜਿਹ 'ਚ ਅਸੀਂ ਆਪਣੀਆਂ ਮਸੀਹੀ ਕਬਰਸਤਾਨ ਬਣਾਉਣਾ ਸ਼ੁਰੂ ਕੀਤਾ, 13 ਤੋਂ 14 ਕਬਰਾਂ ਸਾਡੀਆਂ ਬਣੀਆਂ ਵਾ। ਉਹਨਾਂ ਨੇ ਇਸ ਕਿਲੇ ਨੂੰ ਆ ਕੇ ਵਾਹੁਣਾ ਸ਼ੁਰੂ ਕਰ ਦਿੱਤਾ ਵਾ, ਬਲਕਿ ਉਹਨਾਂ ਨੇ ਇਹਦੇ ਵਿੱਚ 2 ਕਬਰਾਂ ਬੱਚਿਆਂ ਦੀਆਂ ਸੀਗੀਆਂ, ਉਹ ਵੀ ਉਹਨਾਂ ਨੇ ਵੇਚੀ ਵਾਹ ਦਿੱਤੀਆਂ ਵਾ। ਅਤੇ ਸਾਡੇ ਸਾਰੇ ਮਸੀਹੀ ਭੈਣਾਂ ਭਰਾਵਾਂ ਅੱਗੇ ਦਰਖਾਸਤ ਆ ਕਿ ਸਾਡੀ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ, ਤਾਂ ਕਿ ਸਾਰੇ ਲੋਕਾਂ ਤੱਕ ਜਾਵੇ, ਅਤੇ ਸਾਡੇ ਵਾਸਤੇ ਆਵਾਜ਼ ਆਪਣੀ ਬੁਲੰਦ ਕਰੋ ਕਿ 13 ਗੈਰਾਂ ਤਹਿਸੀਲ ਚੀਚਾਵਤਨੀ ਜ਼ਿਲ੍ਹਾ ਸਾਹੀਵਾਲ ਦੇ ਵਿੱਚ ਆ ਕਬਰਸਤਾਨ ਦੀ ਜਗ੍ਹਾ ਸੀਗੀ, ਉੱਥੇ ਆਰਮੀਆਂ ਨੇ ਆ ਕਬਜ਼ਾ ਕੀਤਾ ਵਾ, ਅਤੇ ਉਹ ਸਾਡਾ ਜਿਹੜਾ ਕਿੱਲਾ ਸੀ ਕਬਰਸਤਾਨ ਵਾਲਾ, ਉਹਨੂੰ ਉਹਨਾਂ ਨੇ ਵਾਹੁਣ ਦੀ ਕੋਸ਼ਿਸ਼ ਕੀਤੀ ਆ, ਬਲਕਿ 2 ਕਬਰਾਂ ਉਹਨਾਂ ਨੇ ਵਾਹ ਵੀ ਦਿੱਤੀਆਂ ਵਾ। ਆਹ ਦੇਖੋ, ਆ ਸਾਡੀਆਂ 13 ਤੋਂ 14 ਕਬਰਾਂ ਇਸ ਕਿੱਲੇ ਦੇ ਵਿੱਚ ਬਣ ਚੁੱਕੀਆਂ ਵਾ, 2 ਕਬਰਾਂ ਉਹਨਾਂ ਨੇ ਵਾਹਤੀਆਂ, ਬਾਕੀ ਆ ਕਿੱਲਾ ਉਹਨਾਂ ਨੇ ਆ ਕੇ ਵਾਹੁਣਾ ਸ਼ੁਰੂ ਕਰ ਦਿੱਤਾ ਵਾ। ਸਾਡੀ ਸਾਰਿਆਂ ਅੱਗੇ ਰਿਕੁਐਸਟ ਆ, ਸਾਰੇ ਦਵਾ ਵੀ ਕਰੋ ਸਾਡੇ ਵਾਸਤੇ, ਅਤੇ ਲਹਾਜ਼ਾ ਸਾਡੇ ਵਾਸਤੇ ਜ਼ਿਆਦਾ ਤੋਂ ਜ਼ਿਆਦਾ ਵੀਡੀਓ ਨੂੰ ਸ਼ੇਅਰ ਅੱਗੇ ਕਰੋ, ਤਾਂ ਕਿ ਹਕੂਮਤ ਮਰੀਮ ਨਵਾਜ਼ ਅਤੇ ਸ਼ਬਾਜ਼ ਸ਼ਰੀਫ ਅਤੇ ਜਨਰਲ ਚੀਫ ਜਨਰਲ ਆਸਮ ਨੀਰ ਤੱਕ ਸਾਡੀ ਵੀਡੀਓ ਜਿਹੜੀ ਪਹੁੰਚ ਸਕੇ। ਲਹਾਜ਼ਾ ਸਾਡੀ ਰਿਕੁਐਸਟ ਆ, ਸਾਰੇ ਭੈਣ ਭਰਾ ਸਾਡੇ ਵਾਸਤੇ ਦਵਾ ਕਰੋ, ਅਤੇ ਸਾਡੀ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰੋ।